ईवन पंजाबी टीवी देख रहे हो तुसी ते मैं हां तुहाडे नाल अनीता शर्मा। अमृतसर विखे पुरानी रंजिश दे चलदियां दो तरां दे विच वड्डा विवाद हो गया अते इसी दौरान एक धिर दे वल्लों दूसरे धिर दे कर तोड़पन भी कीती गई है। यह पूरा मामला सीसीटीवी कैमरे दे विच भी कैद हो गया जिस विच साफ देखा जा सकता है कि एक धिर दे वल्लों दूसरे धिर दे कर तोड़पन कीती जांदी है ते उह सारे हथियारां दे नाल लैस हो के इस परिवार दे घर दे बाहर पहुंचदे ने, पत्थरबाजी कीती जांदी है अते इस तो बाद लगातार यह परिवार इंसाफ की मांग कर रहा है। इस संबंधी दोवां धिरां दे वल्लों की जानकारी दित्ती गई है, आओ सुणाउंदे आं। मेरा नाम हीरा सिंह भाजी, किथे दे गुरू की डाली पत्ती चंबला ने। की होया जी? आपां ਭਾਜੀ ਹੋਇਆ ਕੁਝ ਨਹੀਂ, ਇਹ ਨਿੱਕੀ ਨਿੱਕੀ ਗੱਲ ਦੀ ਰੰਜਿਸ਼ ਚੱਲਦੀ ਆਉਂਦੀ, ਸਾਲ ਡੇਢ ਸਾਲ ਹੋ ਗਿਆ, ਐਵੇਂ ਕੋਈ ਨਾ ਕੋਈ ਸਾਡੇ ਘਰ ਨਵਾਂ ਹੀ ਸੁਨਾਹ ਘੱਲ ਦਿੰਦੇ ਆ ਅਤੇ ਅਸੀਂ ਪਿੰਡ ਦੇ ਬੰਦਿਆਂ ਨੂੰ ਵੀ ਦੋ ਚੋਣ ਨੂੰ ਆਖਿਆ ਵੀ ਇਹਨਾਂ ਨੂੰ ਕਹੇ ਇਹ ਕੰਮ ਨਾ ਕਰਨ ਅਤੇ ਮੁੜ ਕੇ ਅਸੀਂ ਆਪਣੀ ਮਾਤਾ ਨੂੰ ਵੀ ਘੱਲਿਆ ਵੀ ਐਵੇਂ ਕਿਤੇ ਝਗੜਾ ਹੋਊਗਾ ਤਾਂ ਨਾ ਇਹ ਕੰਮ ਕਰੋ। ਕਿਹੜੇ ਬੰਦੇ? ਇਹੋ ਸਕੱਤਰ ਸਿੰਘ ਦਾ ਮੁੰਡਾ ਵਿੱਕੀ ਅਤੇ ਇੱਕ ਸੰਨੀ ਮੁੰਡਾ ਅਤੇ ਇੱਕ ਨਰਵੈਲ ਆ। ਇਹ ਫਿਰ ਨਹੀਂ ਟਲੇ, ਇਹਨਾਂ ਫਿਰ ਸਾਡੇ ਘਰ ਪਰਸੋਂ ਦਾ ਸੁਨਾਹ ਘੱਲਿਆ ਅਤੇ ਮੈਂ ਇਹਨਾਂ ਨੂੰ ਕੱਲ੍ਹ ਫੋਨ ਕੀਤਾ ਸ਼ਾਮੀ, ਮੈਂ ਵੀ ਵਿੱਕੀ ਬਹੁ ਤੂੰ ਆਹ ਜਿਹੜਾ ਕੰਮ ਕਰਦਾ ਵਾਂ ਜਾਂ ਤਾਂ ਸਾਨੂੰ ਬੰਦਾ ਦੱਸ ਦੇ ਕਿਹੜਾ ਤੈਨੂੰ ਬੰਦਾ ਇਹ ਗੱਲਾਂ ਦੱਸਦਾ ਅਤੇ ਜਾਂ ਤੂੰ ਸਾਨੂੰ ਸਵੇਰੇ ਦੱਸਣਾ ਵੀ ਤੈਨੂੰ ਕਿੱਥੋਂ ਗੱਲ ਮਿਲਦੀ ਹੈ। ਅਤੇ ਇਹ ਆਖਣ ਲੱਗਾ ਵੀ ਤੁਸੀਂ ਹੁਣੇ ਬਾਹਰ ਆ ਜਾਓ, ਸਵੇਰੇ ਜੋ ਆਉਣਾ। ਕਿਹੜੀ ਗੱਲ ਦੱਸ ਪੁਰਾਣੀ ਐਵੇਂ ਭਾਜੀ? ਨਿੱਕੀ ਨਿੱਕੀ ਗੱਲੋਂ ਕੋਈ ਗੱਲ ਹੀ ਨਹੀਂ ਵਿੱਚ, ਕੋਈ ਨਾ ਕੋਈ ਨਵੀਂ ਗੱਲ ਬਣਾ ਕੇ ਸਾਡੇ ਘਰ ਘੱਲ ਦਿੰਦੇ ਆ। ਰਾਤੀ ਵੀ ਮੁੜ ਕੇ ਮੈਨੂੰ ਫੋਨ ਕਰਕੇ ਤਾਂ ਆਉਂਦੇ ਬਾਹਰ ਆ ਅਤੇ ਮੈਂ ਇੱਥੋਂ ਉੱਠ ਕੇ ਚੱਲਿਆ ਅਤੇ ਮਾਤਾ ਮੇਰੇ ਤੋਂ ਪਹਿਲਾਂ ਚੱਲ ਗਈ ਬਾਹਰ। ਇਹਨੇ ਜਦੋਂ ਜਾ ਕੇ ਬਾਰੀ ਲੱਗੀ ਮਾਰਨ ਉਹਨਾਂ ਲੱਤ ਮਾਰੀ ਬਾਰੀ ਨੂੰ ਅਤੇ ਮਾਤਾ ਡੇ ਪਈ ਪਿਛਾਂ, ਮੁੜ ਕੇ ਇਹਨਾਂ ਪਤਾ ਨਹੀਂ ਦਾਤਰ ਮਾਰਿਆ ਮੇਰੇ ਸਣਾ ਉੱਤੋਂ ਅਤੇ ਮਾਤਾ 'ਤੇ ਸੱਟ ਲੱਗ ਗਈ। ਮੈਂ ਬਾਰੀ ਮਾਰ ਕੇ ਅਤੇ ਮੈਂ ਤਾਂ ਉਹਦਾ ਮਾਤਾ ਨੂੰ ਧੂ ਗਏ ਉਹਨਾਂ ਲਿਆਂਦਾ ਮੁੜ ਕੇ। ਇਹ ਮੁੜ ਕੇ ਬੂਹੇ ਨੂੰ ਕਦ ਮਾਰਦੇ ਰਹੇ ਦਾਤਰ, ਇਹਨਾਂ ਸਾਡਾ ਬੂਹਾ ਵੱਢ ਕੱਤਿਆ ਸਾਰਾ ਹੀ। ਹਾਂਜੀ ਹਾਂਜੀ, ਉਹਦੇ 'ਚ ਵੀ ਦਾਤਰ ਮਾਰਦੇ ਦੇਹੇ ਆ, ਦਾਤਰ ਮਾਰਦੇ ਤਾਂ ਦੋ ਤਿੰਨ ਜਣੇ ਦੇਹੇ, ਬਾਕੀ ਪਿੱਛੇ ਖਲੋਤੇ ਸਾਰੇ। ਪਹਿਲੋਂ ਆਏ ਆ 10-12 ਜਣੇ, ਮੁੜ ਕੇ ਪਿਛਾਂ ਚੱਲ ਗਏ, ਫਿਰ ਪਿੱਛੋਂ ਦੋ ਤਿੰਨ ਜਣੇ ਆਏ ਆ ਦਾਤਰ ਮਾਰਨ ਬੂਹੇ ਨੂੰ ਅਤੇ ਬੂਹਾ ਵੱਢ ਕੇ ਅਤੇ ਫਿਰ ਪਿਛਾਂ ਆ ਗਏ, ਫਿਰ ਗਾਲ ਮੰਦਾ ਕਰਦੇ ਰਹੇ ਚੌਂਕ 'ਚ ਆ ਕੇ। ਮੰਗ ਇਹੋ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਖਤਰਾ ਹੀ ਆ ਇਹਨਾਂ ਤੋਂ, ਜਦੋਂ ਨਹੀਂ ਹਟਦੇ ਇੰਨਾ ਘੱਟੋ ਘੱਟ 10-12 ਇਹਨਾਂ ਨੂੰ ਕਹਿਤਾ ਵੀ ਟਲ ਜਾਓ ਟਲ ਜਾਓ, ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਲੜਾਈ ਵਾਲੇ ਬੰਨੇ ਨਹੀਂ ਆਉਂਦੇ। ਪੁਲਿਸ ਹੁਣ ਰਾਤੀ ਤਾਂ ਆਈ ਸੀ, ਹੁਣ ਸਵੇਰੇ ਉਹਨਾਂ ਨੂੰ ਆ ਫਿਰ ਦੇ ਕੇ ਆਏ ਹਾਂ ਦਾੜ ਜਿਹੜੀ ਕਟਾਈ ਹੈ, ਅਤੇ ਉਹ ਹੁਣ ਲਿਆ ਕੇ ਉਹਨਾਂ ਨੂੰ ਰਿਪੋਰਟ ਫਿਰ ਦੇਵਾਂਗੇ। ਨਾਂ ਮੇਰਾ ਵਿਕਰਮਜੀਤ ਸਿੰਘ ਵਿੱਕੀ। ਵਿਕਰਮ ਜੀ ਕੀ ਗੱਲ ਕੀ ਹੋਈ ਹੈ, ਜਿਹੜਾ ਕੱਲ੍ਹ ਝਗੜਾ ਆ? ਗੱਲ ਸਰ ਕੋਈ ਨਹੀਂ, ਮੈਂ ਤਾਂ ਬੈਠਾ ਘਰੇ ਆਪਣੇ, ਇਹਨੇ ਹੀਰੇ ਸਿੰਘ ਨੇ ਪਹਿਲਾਂ ਗਲੀ 'ਚ ਖਲੋ ਕੇ ਗਾਲਾਂ ਕੱਢੀਆਂ ਮੈਨੂੰ, ਅਤੇ ਚਲੋ ਸਾਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਲਾਗੋ ਕਿਸੇ ਨੇ ਦੱਸਿਆ ਕਿ ਤੇਰਾ ਨਾਂ ਲੈ ਗਾਲਾਂ ਕੱਢਣ ਦਿਆਂ, ਅਤੇ ਚਲੋ ਅਸੀਂ ਪੁੱਛਣ ਗਏ, ਇਹ ਕਹਿੰਦੇ ਮੈਨੂੰ ਫੋਨ ਕੀਤਾ ਹੀਰੇ ਨੇ, ਫੋਨ ਕਰਕੇ ਵੀ ਗਾਲ ਮੰਦਾ ਕੀਤਾ, ਅਤੇ ਅਸੀਂ ਪੁੱਛਣ ਗਏ ਜਦੋਂ ਇਹਨਾਂ ਦੇ ਘਰੇ, ਅਤੇ ਅਗਲੇ ਪਾਸੇ ਸਾਨੂੰ ਅੰਦਰੋਂ ਪੈ ਕੇ ਡਾਂਗਾ ਸੋਟੇ ਲੈ ਕੇ, ਬਾਅਦ ਜਦੋਂ ਅਸੀਂ ਭੱਜੇ ਹਾਂ ਬਾਅਦ ਕੋਠੇ ਚੜ੍ਹ ਕੇ ਰੋੜੇ ਮਾਰ ਲਾ ਪਏ ਗਾਲਾਂ ਕੱਢਣ ਲੱਗ ਪਏ, ਫਿਰ ਚਲੋ ਅਸੀਂ ਆਪਣੇ ਬਚਾਅ ਦੇ ਵਿੱਚ ਅਸੀਂ ਵੀ ਚਲੋ ਉੱਥੇ ਰੋਲਾ ਰੱਪਾ ਪਾਇਆ, ਗਾਲਾਂ ਕੱਢੀਆਂ ਜ਼ਰੂਰ, ਜਿਹੜੀ ਗੱਲ ਕੀਤੀ ਅਸੀਂ ਕੀਤੀ, ਇਹੋ ਗੱਲ ਹੋਈ, ਇਹ ਤੋਂ ਵੱਧ ਕੋਈ ਗੱਲ ਨਹੀਂ ਸਾਡੀ ਹੈ ਜੀ। ਕੋਈ ਨਹੀਂ ਸਰ, ਰੰਜਿਸ਼ ਕੋਈ ਸਾਡਾ ਇਹਦੇ ਨਾਲ ਨਹੀਂ, ਕੋਈ ਦੁੱਖ ਵੈਰ ਹੈਗਾ ਇਹ ਤਾਂ, ਕੱਲ੍ਹ ਸਾਨੂੰ ਤਾਂ ਇਹ ਨਹੀਂ ਪਤਾ ਕਿ ਇਹਨੇ ਸਾਨੂੰ ਗਾਲਾਂ ਕੱਢੀਆਂ, ਖਾਲੀ ਹੱਥੀਂ ਇਹਨਾਂ ਦੇ ਘਰੇ ਗਏ ਹਾਂ ਕਿ ਪੁੱਛਣੀ ਕੀ ਤੇਰਾ ਸਾਡੇ ਨਾਲ ਦੁੱਖ ਵੈਰ, ਇਹਨਾਂ ਨੂੰ ਗਾਲਾਂ ਕੱਢਣੇ ਆ, ਅਤੇ ਇਹਨੇ ਸਾਨੂੰ ਜਾਂਦਿਆਂ ਸਾਰ ਸਾਨੂੰ ਅਗਲੇ ਪਾਸੇ ਸਾਡੇ ਹੱਥੀਂ ਗੱਲ ਪੈ ਗਏ, ਅਸੀਂ ਤਾਂ ਉੱਥੋਂ ਆਪ ਭੱਜੇ ਬਾਅਦ ਅਗਲੇ ਪਾਸੇ ਮਾਤਾ ਦੇ ਪੈਰ ਕਿਸੇ ਦੇ ਸਰ ਸੱਟ ਨਹੀਂ ਲੱਗੀ, ਉਹ ਵੀਡੀਓ ਤੁਹਾਨੂੰ ਵੀ ਦੇਖ ਦੇਣਾ, ਬਾਹਰ ਤਾਂ ਅਸੀਂ ਗਲੀ 'ਚ ਰਹੇ ਹਾਂ, ਅਸੀਂ ਕਿਹੜੇ ਅੰਦਰ ਗਏ, ਨਾ ਮਾਤਾ ਉਹਨਾਂ ਦੀ ਬਾਹਰ ਨਿਕਲੀ, ਅਸੀਂ ਕਿਸੇ ਨੂੰ ਸਰ ਸੱਟ ਨਹੀਂ ਲਾਈ, ਸਾਡੇ ਨਾਲ ਆਪ ਲਾਈ ਆ ਜੀ ਆਪ, ਚਲੋ ਜੋ ਕਰਦੇ ਹੋਣ ਅਸੀਂ ਨਹੀਂ ਕਿਸੇ ਨੂੰ ਸੱਟ ਲਾਈ। ਮੰਗ ਅਸੀਂ ਇਹ ਕਰਦੇ ਹਾਂ ਜੀ, ਜੋ ਸਰ ਇਨਸਾਫ਼ ਹੋਵੇ ਕਿ ਉਹ ਵੀਡੀਓ 'ਚ ਸਰ ਤੁਸੀਂ ਵੀ ਚਲੋ ਵੇਖੇ, ਸਾਰਿਆਂ ਵੇਖਿਆ ਕਿ ਵੀਡੀਓ ਵਿੱਚ ਤਾਂ ਕੋਈ ਬੰਦਾ ਉਹਨਾਂ ਦਾ ਨਹੀਂ ਬਾਹਰ ਆਇਆ, ਅਸੀਂ ਖਲੋਤੇ ਦੋ ਤਿੰਨ ਜਣੇ, ਚਲੋ ਅਸੀਂ ਤਾਂ ਪੁੱਛਣ ਗਏ ਹਾਂ ਅਤੇ ਕੋਈ ਹੱਥ ਬਾਈ ਤਾਂ ਹੋਏ ਨਹੀਂ, ਤਾਂ ਸੱਟ ਕਿੱਦਾਂ ਲੱਗ ਜਾਣੀ? ਹਾਂਜੀ ਹਾਂਜੀ, ਝੂਠ ਬੋਲਦੇ ਸਰ, ਇਹਨਾਂ ਬੀਮ ਫੂਮ ਦਾ ਕੰਮ ਕਰਦੇ ਆ ਅਤੇ ਵੇਚਦੇ ਫੀਮ ਆ, ਇਸੇ ਗੱਲ ਤੋਂ ਗੱਲਾਂ ਕੋਈ ਹੁੰਦੀਆਂ, ਨਾ ਮੇਰਾ ਲਾਉਂਦੇ ਪੁੱਠਾ ਸਿੱਧਾ ਵਿੱਚ ਕਿ ਇਹ ਸਾਡਾ ਪਿੰਡ 'ਚ ਰੌਲਾ ਪਾਉਂਦਾ ਕਿ ਇਹ ਫੀਮ ਵੇਚਦੇ ਆ। ਇਹਨੇ ਫੋਨ ਕਰਕੇ ਮੈਨੂੰ ਕਿਹਾ ਹੀਰੇ ਨੇ ਕਿ ਤੂੰ ਰੌਲਾ ਪਾਉਂਦਾ ਪਿੰਡ ਦੇ ਵਿੱਚ ਕਿ ਮੇਰੀ ਮਾਂ ਫੀਮ ਵੇਚਦੀ ਆ। ਇਹ ਸਰ ਵੇਚਦੇ ਇਹਨਾਂ ਦੇ ਸਰ ਚੋਰੀ ਦੇ ਪਰਚੇ, ਅੱਗੇ ਟ੍ਰਾਂਸਫਾਰਮ ਦੇ ਚੋਰੀ ਦੇ ਪਰਚੇ ਇਹਨਾਂ ਦੇ, ਤੇਲ ਵੇਚਦੇ ਆ। ਇਹਨਾਂ ਦੀ ਗੱਡੀ ਇੱਕ ਫੜੀ ਵੀ ਗਈ ਆ ਹੁਣ ਮਹੀਨਾ ਕੁ ਹੋਇਆ। ਅਸੀਂ ਸਰ ਇਹੋ ਮੰਗ ਕਰਦੇ ਕਿ ਜੋ ਸੱਚ ਆ ਜੋ ਉਹਦਾ ਇਨਸਾਫ਼ ਕੀਤਾ ਜਾਵੇ, ਝੂਠਾ ਪਰਚਾ। ਦੋਨੋਂ ਗੁਆਂਢੀ ਨੇ, ਇੱਕ ਵਿਕਰਮਜੀਤ ਸਿੰਘ ਹੈ ਵਿੱਕੀ, ਇੱਕ ਹੈਗਾ ਹੀਰਾ ਸਿੰਘ ਧੀਰਾ ਸਿੰਘ ਅਤੇ ਪਤਰਾਨ ਜਗੀਰ ਸਿੰਘ, ਅਤੇ ਆਪਸ 'ਚ ਗੁਆਂਢੀ ਆ ਅਤੇ ਰਾਤ 10:30 ਵਜੇ ਜਿਹੜਾ ਹੀਰਾ ਸਿੰਘ ਆ ਇਹਨਾਂ ਨੇ ਕਿਤੇ ਗਾਲਾਂ ਗੁਲਾਂ ਕੱਢੀਆਂ ਵਿਕਰਮਜੀਤ ਸਿੰਘ ਨੇ, ਅਤੇ ਇਸੇ ਤੋਂ ਹੀ ਜਦੋਂ ਬਾਹਰ ਨਿਕਲ ਕੇ ਆਪਸ 'ਚ ਇਹਨਾਂ ਦੀ ਉਦੋਂ ਮੈਂ ਹੋਈ ਆ,
बोल होया इन्हों का आपस फिर मुलाजम मौके पर पहुँच गए इन्होंने फिर अज का टाइम दिता ही एक पार्टी इतने आई है दूसरी जी आई नहीं है एक ने डाक्टर लिया वा लेडीज़ का वो संबंधी गए ने सिविल हस्पताल सीसीटीवी फुटेज कोई क्लीयर नहीं हों वो आम नॉर्मल दुनिया सैर करती है आँदी कोई क्लीयर नहीं है नहीं कृपान कोई नहीं मेरी जी रिकॉर्डिंग मैंने दिखाई गई है वो कोई यहोजी गल सामने नहीं आई बाकी फिर भी जिदा के हालात होने के मुताबिक तफ्तीश करके अगली कार्रवाई की जाएगी। अमृतसर तो सुनील खोसला की रिपोर्ट। फ्री लीफ आयुर्वैदिक ऑयल 125 बीमारियों का संपूर्ण इलाज जिमें गठिया सर्वाइकल माइग्रेन अते शरीर विच किसी भी किस्म की दर्द क्यों ना हुंदी होवे इत्थों तक कि ब्लॉकेज दे नाल बनिया कई बीमारियों का इको एक इलाज है फ्री रिलीफ आयुर्वैदिक ऑयल यानी कि 125 बीमारियों का संपूर्ण इलाज। फ्री रिलीफ विजिलैक्स वेट लूज मोटापे तो परेशान होने की जरूरत नहीं वजन घटाओ ते खुश हो जाओ। फ्री लीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री लीफ पावर कब्ज़ तो परेशान होने की हुण जरूरत नहीं है कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा वधेरे जानकारी लई तुसी संपर्क कर सकते हो 9478484087 नंबर एक बार फिर तुसी नोट कर सकते हो 9478484087।